ਲਾਏਗਾ ਅਸੀਂ ਉਹਨਾਂ ਨੂੰ 50,000 ਰੁਪਇਆ ਇਨਾਮ ਦੇ ਤੌਰ ਤੇ ਦੇਵਾਂਗੇ ਜਿਹੜਾ ਲੱਭ ਕੇ ਦੇਗਾ ਸਾਨੂੰ। ਸਨੀ ਦਿਓਲ ਨੂੰ ਲੱਭ ਕੇ ਲਿਆਓ, 50,000 ਦਾ ਇਨਾਮ ਪਾਓ। ਗਲੀ ਗਲੀ ਆਪਣੇ ਐਮਪੀ ਨੂੰ ਲੱਭ ਰਹੇ ਨੇ ਨੌਜਵਾਨ, ਗੁੰਮਸ਼ੁਦਗੀ ਦੇ ਲਗਾ ਰਹੇ ਨੇ ਥਾਂ ਥਾਂ ਤੇ ਪੋਸਟਰ। ਪਿਛਲੀ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਫਿਲਮ ਸਟਾਰ ਸਨੀ ਦਿਓਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤਾਂ ਚੋਣ ਜਿੱਤ ਭਾਜਪਾ ਨੂੰ ਸਰਕਾਰ ਬਣਾਉਣ ਵਿੱਚ ਮਜ਼ਬੂਤੀ ਮਿਲ ਸਕੇ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੇ ਭਾਜਪਾ ਦੇ ਉਮੀਦਵਾਰ ਸਨੀ ਦਿਓਲ ਨੂੰ ਭਰਾਵਾਂ ਵਾਂਗ ਅਤੇ ਸਨੀ ਦਿਓਲ ਨੂੰ ਵੱਡੇ ਵਕਫੇ ਨਾਲ ਜਿੱਤ ਦਵਾ ਲੋਕ ਸਭਾ ਦੇ ਵਿੱਚ ਭੇਜਿਆ। ਪਰ ਚੋਣਾਂ ਤੋਂ ਬਾਅਦ ਹੁਣ ਤੱਕ ਸਨੀ ਦਿਓਲ ਆਪਣੇ ਲੋਕ ਸਭਾ ਹਲਕੇ ਅਤੇ ਹਲਕੇ ਦੇ ਲੋਕਾਂ ਤੋਂ ਨਦਾਰਤ ਨੇ, ਜਿਸ ਦੇ ਰੋਜ਼ ਵਜੋਂ ਕਈ ਵਾਰ ਸਥਾਨਕ ਲੋਕਾਂ ਦੇ ਵੱਲੋਂ ਸਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ। ਹੁਣ ਫਿਰ ਸਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਇਹ ਨੌਜਵਾਨ ਲਗਾ ਰਹੇ ਨੇ, ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਕਿ ਇਹਨਾਂ ਨੇ ਆਪਣੀ ਕੀਮਤੀ ਵੋਟ ਦੇ ਕੇ ਸਨੀ ਦਿਓਲ ਨੂੰ ਜਿਤਾਇਆ ਅਤੇ ਉਸਨੇ ਮੁੜ ਕੇ ਇਹਨਾਂ ਦਾ ਹਾਲ ਵੀ ਨਹੀਂ ਪੁੱਛਿਆ। ਤਾਂ ਇਹਨਾਂ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਵੀ ਸਨੀ ਦਿਓਲ ਨੂੰ ਲੱਭ ਕੇ ਲਿਆਵੇਗਾ ਉਸਨੂੰ ਇਹ 50,000 ਦਾ ਇਨਾਮ ਵੀ ਦੇਣਗੇ। ਆਓ ਇਹਨਾਂ ਨੌਜਵਾਨਾਂ ਦਾ ਇਸ ਉੱਪਰ ਕੀ ਕਹਿਣਾ ਜਾਣਦੇ ਹਾਂ। ਭਾਈ ਇਹਨਾਂ ਨੇ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ, ਇਹ ਉਸ ਤੋਂ ਬਾਅਦ ਸਾਨੂੰ ਨਹੀਂ ਦਿਖੇ ਕਿਉਂਕਿ ਇਹ ਆਪਣੇ ਫਿਲਮ ਇੰਡਸਟਰੀ ਵਿੱਚ ਕੰਮ ਕਰਦੇ ਨੇ, ਇੱਦਾਂ ਦਾ ਸਾਨੂੰ ਬੰਦਾ ਨਹੀਂ ਚਾਹੀਦਾ। ਬਸ ਕੰਮਾਂ ਕਰਨ ਨੂੰ ਲੈ ਕੇ ਕੀ ਮੰਨ ਜੋ 5 ਸਾਲ ਰਿਹਾ ਆ, ਅੱਗੇ ਦੁਬਾਰਾ ਲੈ ਕੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ, ਸਾਨੂੰ ਦਿਖੇ ਨਹੀਂ ਯਾਰ ਕਿੱਥੇ ਆ ਕਿੱਥੇ ਨਹੀਂ, ਕਿੱਥੇ ਗੁਆਚ ਗਏ ਕਿੱਥੇ ਨਹੀਂ। ਬਸ ਸਾਨੂੰ ਇਹੀ ਆ, ਇਹ ਬੰਦਾ ਸਾਨੂੰ ਨਹੀਂ ਚਾਹੀਦਾ। ਨਾਮ 50,000 ਰੁਪਏ ਜਿਹੜਾ ਮਿਲਾਏਗਾ ਉਹਨਾਂ ਨੂੰ 50,000 ਰੁਪਏ ਦੇਵਾਂਗੇ। ਸਰ ਪੋਸਟਰ ਤਾਂ ਲਗਾ ਰਿਹਾ, ਮਤਲਬ ਕਹਿੰਦਾ ਕਿ ਜਦੋਂ ਆਪਣੇ ਇਲੈਕਸ਼ਨ ਲੜ ਰਹੇ ਸੀ, ਇਹ ਆਪਣੇ ਇਲੈਕਸ਼ਨ ਵਿੱਚ ਅਸੀਂ ਵੋਟਾਂ ਪਾਈਆਂ ਜਿਤਾਇਆ ਇਹਨੂੰ, ਲੇਕਿਨ ਇਹਨਾਂ ਨੇ ਕਦੀ ਦੌਰਾ ਨਹੀਂ ਮਾਰਿਆ ਸਾਡੇ ਇੱਧਰ, ਠੀਕ ਹੈ ਜੀ। ਆਪਾਂ ਚਾਹੁੰਦੇ ਹਾਂ ਕਿ ਇਹ ਬੰਦਾ ਸਾਡੇ ਇੱਧਰ ਦੁਬਾਰਾ ਨਹੀਂ ਆਉਣਾ ਚਾਹੁੰਦਾ, ਸਾਨੂੰ ਬਸ ਇਹੀ ਗੁਜ਼ਾਰਿਸ਼ ਆ ਸਾਡੀ। ਸਰ ਇਹ ਸਾਡੇ ਜਿਹੜੇ ਆ ਸਾਡੇ ਆ MP ਸਾਹਿਬ, ਅਤੇ ਅਸੀਂ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਦੇ ਬਣੇ ਹੋਏ ਨੇ, ਅਤੇ ਇੱਕ ਵਾਰੀ ਵੀ ਸਾਡੇ ਇੱਧਰ ਦਾ ਦੌਰਾ ਨਹੀਂ ਕੀਤਾ ਇਹਨਾਂ ਨੇ, ਕੋਈ ਦੁੱਖ ਸੁੱਖ ਨਹੀਂ ਕਿਸੇ ਦਾ ਸੁਣਿਆ, ਅੱਜ ਤੱਕ ਕੋਈ ਵਿਕਾਸ ਦਾ ਕਾਰਜ ਨਹੀਂ ਕਰਾਇਆ, ਇਸ ਕਰਕੇ ਅਸੀਂ ਇਹਨਾਂ ਨੂੰ ਲੱਭ ਰਹੇ ਹਾਂ। ਅਤੇ ਜੇ ਕਿਸੇ ਨੂੰ ਲੱਭਦਾ ਹੈ ਤਾਂ ਗੁੰਮਸ਼ਾਦਾ ਹੈਗੇ ਨੇ, ਅਤੇ ਇਹ ਤਾਂ ਫਿਲਮ ਲਾਈਨ ਦੇ ਬੰਦੇ ਆ ਅਤੇ ਉੱਧਰ ਹੀ ਫਿਲਮਾਂ ਵਗੈਰਾ ਕਰਨ ਜੋਗੇ ਆ, ਅਤੇ MP ਦਾ ਤਾਂ ਇਹਨਾਂ ਨੇ ਨਾਮ ਰੋਲਾ ਪਾ ਕੇ ਟਿਕਟ ਲੈ ਕੇ ਅਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਜਿੱਤ ਹਾਸਲ ਜਿਹੜੀ ਕੀਤੀ ਸੀ ਅਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਉਹ ਸਾਰਾ ਇਹਨਾਂ ਨੇ ਤੋੜਤਾ, ਚੂਰੋ ਚੂਰ ਕਰਤਾ, ਅਤੇ ਇੱਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ। ਅਤੇ ਇਹੀ ਗੱਲ ਨੂੰ ਦੇਖਦੇ ਹੋਏ ਕਿ ਅਸੀਂ ਅੱਜ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਕਿਸੇ ਨੂੰ ਲੱਭਦਾ ਅਤੇ ਉਹ ਸਾਨੂੰ ਉਹਨਾਂ ਨਾਲ ਮਿਲਾਂ, ਅਤੇ ਤਾਂ ਜੋ ਅਸੀਂ ਉਹਨਾਂ ਦੇ ਜਿਹੜੇ ਆਪਣੇ ਹਲਕੇ ਦੇ ਜਿਹੜੇ ਦੁੱਖ ਸੁੱਖ ਹੈ ਉਹਦੇ ਨਾਲ ਦੱਸ ਸਕੀਏ ਉਹਨਾਂ ਨੂੰ ਅਤੇ ਸਾਂਝੇ ਕਰ ਸਕੀਏ। ਅਤੇ ਜਿਹੜਾ ਸਾਨੂੰ ਅਸੀਂ ਬੜਾ ਇੱਕ ਇਨਾਮ ਰੱਖਿਆ ਅਤੇ ਜਿਹੜਾ ਸਾਨੂੰ ਲੱਭ ਕੇ ਦੇਗਾ ਸਨੀ ਦਿਓਲ ਜੀ ਦੇ ਨਾਲ ਸਾਡੇ ਮਿਲਾਏਗਾ, ਅਸੀਂ ਉਹਨਾਂ ਨੂੰ 50,000 ਰੁਪਇਆ ਇਨਾਮ ਦੇ ਤੌਰ 'ਤੇ ਦੇਵਾਂਗੇ ਜਿਹੜਾ ਲੱਭ ਕੇ ਦੇਗਾ ਸਾਨੂੰ। ਅਤੇ ਸਾਡੀ ਇੱਕ ਮੀਟਿੰਗ ਕਰਾਓ ਉਹਦੇ ਨਾਲ, ਅਤੇ ਅਸੀਂ ਜਿਹੜਾ ਵੀ ਮੀਟਿੰਗ ਕਰਾਉਂਦਾ ਸਾਡਾ ਸਾਨੂੰ ਉਹਦੇ ਨਾਲ ਮਿਲਾਏਗਾ, ਅਸੀਂ ਉਹਨੂੰ ਵੀ ਕਹਿਦਾ ਆਪਣੀ ਤਰਫ ਤੋਂ 50,000 ਰੁਪਇਆ ਇਨਾਮ ਦੇ ਵਜੋਂ ਦੇਵਾਂਗੇ, ਕਿਉਂਕਿ ਇੱਦਾਂ ਤਾਂ ਇਹਨਾਂ ਨੇ ਸਾਡੀ ਗੱਲ ਸੁਣਨੀ ਨਹੀਂ ਹੈ ਅਤੇ ਨਾ ਹੀ ਇਹ ਹਲਕੇ ਵਿੱਚ ਆਏ ਨੇ, ਅਤੇ ਜੇ ਆ ਜਾਂਦੇ ਅਤੇ ਆਪਾਂ ਫਿਰ ਇਹਦਾ ਮਾਣ ਸਨਮਾਨ ਕਰਦੇ, ਪਰ ਹੁਣ ਜਿਹੜੇ ਕੰਮ ਕਰ ਰਹੇ ਨੇ ਜਿੱਦਾਂ ਇਹ ਆ ਹੀ ਨਹੀਂ ਹੈ ਅਤੇ ਦਿਖਾਈ ਨਹੀਂ ਦੇ ਰਹੇ, ਅਤੇ ਬੜੀ ਇਹ ਮੰਦਭਾਗੀ ਗੱਲ ਆ। ਅਤੇ ਸਾਰਿਆਂ ਨੂੰ ਵਿਚਾਰ ਰੱਖ ਕੇ ਦੇਖਦੇ ਹੋਏ ਅੱਗੇ ਜਿਹੜੇ ਹੁਣ ਇਲੈਕਸ਼ਨ ਆ ਰਹੇ ਨੇ, ਅਤੇ ਇਹੋ ਜਿਹੇ ਬੰਦਿਆਂ ਨੂੰ ਵੜਨ ਨਹੀਂ ਦੇਣਾ ਚਾਹੀਦਾ, ਕਿਉਂਕਿ ਇਹ ਬੰਦੇ ਆ ਫਿਲਮ ਲਾਈਨ ਦੇ, ਅਤੇ ਇਹੋ ਜਿਹੇ ਬੰਦੇ ਫਿਲਮ ਲਾਈਨ ਦੇ ਵਿੱਚ ਹੀ ਸ਼ੋਭਾ ਦਿੰਦੇ ਨੇ, ਨਾ ਕਿ ਇੱਥੇ ਆਪਣੇ ਹਲਕੇ ਦਾ ਵਿਕਾਸ ਕਾਰਜ ਕੋਈ ਕਰਾ ਸਕਦੇ ਨੇ, ਅਤੇ ਨਾ ਹੀ ਇਹਨਾਂ ਨੇ ਕੋਈ ਕੀਤਾ ਅਤੇ ਨਾ ਹੀ ਕਰਨ ਯੋਗ ਹੈਗੇ ਨੇ।